ਔਰਤਾਂ ਰੋਂਦੀਆਂ ਅਤੇ ਰੋਣ ਦਿਓ ਇਹ ਵਿੱਚ ਤੁਹਾਡੇ ਸਾਹਮਣੇ ਜਿਹੜਾ ਮੁਨਸਰ ਬਾਤਾਂ ਖਿਲ ਰਹੀਆਂ ਪੁਰ ਰਹੀਆਂ, ਮਗਰ ਕੀ ਕਰੀਏ, ਅੱਲਾਹ ਦੇ ਰਸੂਲ ਦਾ ਜਿਹੜਾ ਮਾਮਲਾ ਉਹ ਐਸਾ ਹੀ ਹੈ ਵੀ ਬਿਲਕੁਲ ਆ ਚਾਹੀਦਾ ਫੈਲਦਾ ਦਾ ਆਪ ਦੇ ਰੋਏ ਆ ਤਾਂ ਰੋਣ ਦਾ ਸੁਣੀਏ, ਅਗਰ ਖੁਸ਼ੀ ਕੀਤੀ ਖੁਸ਼ੀ ਦਾ ਸੁਣੀਏ। ਹੈਂ ਮੌਲਾਨਾ ਮਿਰਜ਼ਾ ਖਾਨ ਬਰੇਲਵੀ ਰਹਿਮਤੁੱਲਾਹ ਨੇ ਜਿਹੜਾ ਸ਼ੇਰ ਕਿਹਾ, ਕਦਰ ਕਰਿਆ ਕਰੋ, ਖਿਆਲ ਜਿਹੜੇ ਮੈਂ ਤੁਹਾਨੂੰ ਦੱਸਿਆ ਉਹ ਬੰਦ ਨਹੀਂ ਕਰ ਸਕਦੇ ਸੀ, ਹਰ ਆਦਮੀ ਦਾ ਆਪਣਾ ਇਲਮ ਹੈ, ਜੀਣ ਦਿਓ ਲੋਕਾਂ ਨੂੰ, ਨਾ ਮਾਰੋ ਵੱਡੋ ਕਹਿਣ, ਕੈਸੀ ਬਾਤ ਕਹੀ ਉਹ ਕਮਾਲ ਏ ਹੁਸਨੇ ਹਜ਼ੂਰ ਹੈ ਕਿ ਗੁਮਾਨ ਏ ਨਕਸ ਜਹਾਨ ਹੈ। ਆਂਦਾ ਹੁਸਨ ਦੀ ਅਖੀਰ ਆ ਕਿ ਇੱਥੇ ਤੁਸੀਂ ਵਹਿਮ ਹੀ ਨਹੀਂ ਕਰ ਸਕਦੇ ਵੀ ਕੋਈ ਨਕਸ ਨਿਕਲਿਆ, ਲੋਕਾਂ 'ਚ ਸੱਚਮੁੱਚ ਨਕਸ ਨਾ, ਇੱਥੇ ਗੁਮਾਨ ਵੀ ਨਹੀਂ ਕਰ ਸਕਦੇ, ਜਿੰਨਾ ਮਰਜ਼ੀ ਅਕਲ ਦੁਹਰਾ ਲਓ, ਵੋ ਕਮਾਲ ਏ ਹੁਸਨੇ ਹਜ਼ੂਰ ਹੈ ਕਿ ਗੁਮਾਨ ਏ ਨਕਸ ਜਹਾਨ ਹੈ, ਯਹੀ ਫੂਲ ਖਾਰ ਸੇ ਦੂਰ ਹੈ, ਯਹੀ ਸ਼ਮਾ ਹੈ ਕਿ ਦੂਆਂ ਨੇ, ਹਰ ਫੁੱਲ ਨਾ ਕੰਡਾ ਲੱਗਾ ਮਗਰ ਇਸ ਫੁੱਲ ਨਾਲ ਕੰਡਾ ਹੈ, ਹਰ ਸ਼ਮਾ ਜੋ ਧੂੰਆਂ ਨਿਕਲਦਾ ਮਗਰ ਇੱਥੇ ਧੂਆਂ ਨਹੀਂ, ਇਹ ਰੌਸ਼ਨੀ ਰੌਸ਼ਨੀ ਹੈ। ਅੱਲਾਹ ਦੇ ਹਬੀਬ ਕੋਈ ਛੋਟੀ ਗੱਲ, ਤੇਰੇ ਨਾਮ ਪਰ ਕਰੂੰ ਜਾਂ ਫਿਦਾ, ਨਾ ਇਹ ਜਾਂ ਫਕਤ ਦੋ ਜਹਾਂ ਫਿਦਾ, ਨਹੀਂ ਇਸੇ ਵੀ ਮੇਰਾ ਜੀ ਭਰਵਾ, ਕਰੂੰ ਕਿਆ ਕਰੋੜੋਂ ਜਹਾਂ ਨੇ। ਹਾਂ ਤੂੰ ਕਰੋੜੋਂ ਦਰੂਦ ਓ ਸਲਾਮ ਹੈ ਖੁਦਾ ਦੇ ਪਾਕ ਪੈਗੰਬਰ ਦੇ, ਜਿਹਨਾਂ ਜਿਹਦੇ ਜ਼ਰੀਏ ਸਾਨੂੰ ਕਲਮਾ ਨਸੀਬ ਹੋਇਆ, ਔਰ ਇਸ ਕਲਮੇ ਜੋ ਜੋ ਹਿੱਸੇਦਾਰ ਨਾ ਜਿੱਦਾਂ ਦਾ ਵੀ ਉਹਦਾ ਖਿਆਲ ਕੀਤਾ ਉਹਦੇ ਨਾਲ ਰਹਿਣ ਦਿਓ। ਦਿਲ ਬ ਮਹਬੂਬੇ ਹਿਜਾਜ਼ੀ ਬਸਤਾ ਹੈ, ਇਕਬਾਲ ਆਉਂਦਾ ਅਸੀਂ ਸਾਰਿਆਂ ਨੇ ਯਾਰ ਇੱਕ ਨਾਲ ਯਾਰੀ ਲਾ ਲਈ ਹੈ, ਹਿਜਾਜ਼ੀ ਮਹਬੂਬ ਜਿਹੜਾ ਮੱਕੇ ਮਦੀਨੇ ਵਾਲਾ, ਉਹਦੇ ਨਾਲ ਸਾਡਾ ਦਿਲ ਲੱਗਾ, ਸ਼ੀਆ ਦਾ ਵੀ ਬਰੇਲਵੀ ਦਾ ਵੀ ਸਮਝ ਆਪ ਆਪਣੀ। ਦਿਲ ਬ ਮਹਬੂਬੇ ਹਿਜਾਜ਼ੀ ਬਸਤਾ ਹੈ, ਜ਼ੀਨ ਜਿਹਤ ਬਾ ਯਕ ਜਿਗਰ ਪੈਦਸਤਾ, ਹੋਰ ਰਿਸ਼ਤਾ ਪੁੱਛੋ ਰਾਈ ਜੱਟ ਦਾ ਕੀ ਲੱਗਦਾ, ਇੰਡੋਨੇਸ਼ੀਅਨ ਅਮਰੀਕਾ ਵਾਲੇ ਦਾ ਕੀ ਲੱਗਦਾ, ਮਗਰ ਜਦੋਂ ਪੁੱਛਣਾ ਉਮਤ ਕਿਹਦੀ, ਉਹਨੇ ਆਖਿਆ ਸਰਕਾਰ ਮੁਹੰਮਦ ਸੱਲਾ, ਪਰ ਮੈਂ ਇਸ ਗੱਲ ਨੇ ਜੋੜਿਆ, ਇਹਨੂੰ ਨਾ ਤੋੜੋ, ਕੈਂਚੀ ਨਾ ਫੇਰੋ, ਮਸਲਾ ਕਰਨਾ ਅਤੇ ਇਲਮ ਨਾ ਕਰੋ, ਇਸ ਰਿਸ਼ਤੇ ਨੂੰ ਖਤਮ ਕਰ ਦਿਓਗੇ ਵੀ ਨਹੀਂ ਕਲਮਾ ਪੜ੍ਹਦਾ ਰਹਿ। ਕਿਸ ਤਰ੍ਹਾਂ ਸਾਡੇ ਆਪਣਿਆਂ ਨੇ ਬੜਾ ਜ਼ੁਲਮ ਕੀਤਾ, ਆਇਲ ਅਲੀ ਸਾਨੇ ਕਿ ਮੌਲਾਨਾ ਸਨਾ ਉੱਲਾਹ ਰਹਿਮਤੁੱਲਾਹ ਲਿਆ ਸ਼ੇਰ ਏ ਪੰਜਾਬ, ਕੋਈ ਫਿਰਕਾ ਜਨਮਦਾ ਹੈ ਅਗਲੇ ਦਿਨ ਉਹ ਮੁਨਾਜ਼ਰਾ ਕਰ ਸਕਦਾ ਸੀ, ਹਰ ਸ਼ਹਿ ਪੜ੍ਹਦਾ ਸੀ, ਜ਼ਿਹਨ ਦਿੱਤਾ ਸੀ ਰੱਬ, ਔਰ ਦਰਦੀਆਂ ਦਾ ਵਿਚਾਰਾ ਕੰਮ ਕਰੇ, ਬਾਪ ਮਰ ਗਿਆ ਦਰਦੀਆਂ ਦਾ ਕੰਮ ਕਰਨਾ, ਤੋ ਜਿਹੜਾ ਜਿੱਥੇ ਕੰਮ ਕਰਦਾ ਉਹਨਾਂ ਦੇਖਿਆ ਬੱਚਾ ਬਹੁਤ ਆਲਮ ਫਾਜ਼ਲ ਬਣ ਰਿਹਾ, ਉਸੇ ਮੌਲਾਨਾ ਅਬਦੁੱਲਾ ਨੇ ਆਪਣੇ ਮਦਰਸੇ 'ਚ ਕਰ ਲਿਆ, ਆਲਮ ਬਣਿਆ, ਜਹਾਨ 'ਤੇ ਛਾ ਗਿਆ, ਤਫਸੀਰਾਂ ਲਿਖੀਆਂ ਸਾਰੇ। ਤੋ ਮੁਨਾਜ਼ਰਾ ਸੀ ਉਦੋਂ, ਆੜੀਆ ਪੰਡਿਤ ਆਇਆ ਹਿੰਦੂ ਅਤੇ ਮੁਸਲਮਾਨਾਂ ਨੂੰ ਪਹਿਲਵਾਨ 'ਤੇ ਲੱਭੇ ਕੋਈ ਨਾ, ਸਨਾ ਉੱਲਾਹ ਨੂੰ ਲੈ ਗਏ, ਰਹਿਮਤ ਕਰੇ ਅੱਲਾ, ਜਦੋਂ ਖੜਾ ਆਇਆ ਪੰਡਿਤ ਨੇ ਫਤਿਹ ਕਰ ਲਿਆ, ਉਹਨਾਂ ਆਖਿਆ ਅਬਦੁੱਲਾ ਰੋਪੜੀ ਆ ਅਤੇ ਅਗਦਨੀ ਆ ਅਤੇ ਸਾਰੇ ਤੇਰੇ ਆਇਆ ਦੀ, ਉਹਨਾਂ ਫਤਵਾ ਦਿੱਤਾ ਕਿ ਸਨਾ ਉੱਲਾਹ ਕਾਫਿਰ ਆ, ਇਹਦੀ ਤਫਸੀਰ ਜਲਾ ਦਿਓ, ਇਹ ਮੁਸਲਮਾਨ ਕੋਈ ਨਹੀਂ, ਤੂੰ ਤਾਂ ਕਾਫਰ ਹੈ, ਮੇਰੇ ਨਾਲ ਮੁਨਾਜ਼ਰਾ ਮੁਸਲਮਾਨ ਕੋਈ ਕਰੇ ਕਾਫਰ ਨਾ ਕਰੇ, ਹੁਣ ਪੱਲੇ ਕਿਰੀਂਦਾ ਮੁਸਲਮਾਨ ਮੌਲਾਨਾ ਉੱਤਰ ਨਹੀਂ, ਹੋਰ ਖੜਾਉਣ ਜੋਗਾ ਕਿਹੜਾ ਸੀ, ਮੌਲਾਨਾ ਕਿਹਾ ਮੁਸਲਮਾਨੋ ਅਤੇ ਪੰਡਿਤ ਜੀ ਕਾਹਦੇ ਨਾਲ ਬੰਦਾ ਮੁਸਲਮਾਨ ਹੁੰਦਾ, ਜੋ ਕਾਫਰ ਹੋਵੇ ਤਾਂ ਉਹਨਾਂ ਆਖਿਆ ਜੀ ਅਸ਼ਹਦੁ ਅੱਲਾ ਇਲਾਹ ਇਲਾਹ ਪੜ੍ਹੇ, ਅਸ਼ਹਦੁ ਅੱਲਾ ਮੁਹੰਮਦ, ਉਹਨਾਂ ਆਖਿਆ ਲਓ ਫਿਰ ਅਸ਼ਹਦੁ ਅੱਲਾ ਇਲਾਹ ਇਲਾਹ ਵਾਹ ਅਸ਼ਹਦੁ ਅੱਨਾ ਮੁਹੰਮਦ ਅਬਦੁਹੁ, ਕਿਹਾ ਹੁਣ ਮੁਸਲਮਾਨ ਨਾ ਮੈਂ, ਅਗਲਾ ਕੋਰ ਮੇਰਾ ਮਾਫ ਕਰੋ ਗੱਲ। ਤੋ ਇਲਮ ਦੀ ਗੱਲ ਇਹ ਹੈ ਵੀ ਜਿਹੜਾ ਇਹ ਕਲਮਾ ਪੜ੍ਹਦਾ ਉਹਨੂੰ ਕਾਫਰ ਨਾ ਕਰੋ, ਨਹੀਂ ਜੇ ਆਪ ਕਾਫਰ ਹੋ ਜਾਓ, ਕਲਮਿਆਂ ਪੜ੍ਹਨ ਨੂੰ ਕਾਫਰਾਂ ਮਸਲਾ ਕੋਈ ਆ, ਇਲਮ ਨਾ ਪੁੱਛੋ, ਉਹਦਾ ਬਿਆਨ ਕਰਾਂਗੇ ਕਿਸੇ ਦੇ ਮਨ 'ਚ ਆ ਜਾਵੇ ਬਿਸਮਿਲਾ, ਨਹੀਂ ਕੋਈ ਗੱਲ, ਸਾਡਾ ਭਾਈ ਇਸ 'ਤੇ ਟਿੱਕੇ ਰਹਿਣਾ ਚਾਹੀਦਾ, ਕੋਈ ਬਾਤ ਜਿਹੜੀ ਨਾ ਇੱਧਰ ਉੱਧਰ ਨਹੀਂ ਕਰਨੀ ਚਾਹੀਦੀ। ਅਗਰ ਐ ਨਸੀਮ ਹੈ ਸਹਰ, ਆਪਣਾ ਦਿਲ ਦਾ ਬੁਖਾਰ ਕੱਢ ਲਓ, ਇੱਕ ਸ਼ੇਰ ਪੜ੍ਹ ਕੇ ਫਿਰ ਅੱਲਾ ਅੱਲਾ, ਅਗਰ ਐ ਨਸੀਮ ਹੈ ਸਹਰ ਤੇਰਾ ਹੋ ਗੁਜ਼ਰ ਦਿਆਰੇ ਹਿਜਾਜ਼ ਨੇ, ਐ ਹਵਾ ਅਗਰ ਤੂੰ ਮਦੀਨਾ ਤਾਂ ਨਹੀਂ ਗੁਜ਼ਰੇ, ਅਗਰ ਐ ਨਸੀਮ ਹੈ ਸਹਰ ਤੇਰਾ ਹੋ ਗੁਜ਼ਰ ਦਿਆਰੇ ਹਿਜਾਜ਼ ਨੇ, ਮੇਰੀ ਚਸ਼ਮੇ ਤਰ ਕਾ ਸਲਾਮ ਕਹਿਣਾ ਹਜ਼ੂਰ ਬੰਦਾ ਦਾ, ਅੱਲਾ ਸੱਲੇ ਰਾ ਸੈਦ ਨਾ ਮੌਲਾ ਦਾ ਮੁਹੰਮਦ ਅੱਲਾ ਬਾਰਕ ਸਲਮ ਅੱਲਾ।